ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਜੀ ਸਾਰਿਆਂ ਦੇ? ਅੱਜ ਅਸੀਂ ਘਰੇ ਹਾਂ, ਅਤੇ ਮਤਲਬ ਇਹ ਘਰੇ ਆ ਅਤੇ ਮੈਂ ਕੰਮ 'ਤੇ ਜਾਣਾ ਲੇਟਰ ਆਉਣ, ਪਰ ਅਸੀਂ ਅੱਜ ਸੋਚ ਰਹੇ ਸੀ ਕੁਛ ਵੀਡੀਓ ਬਣਾਉਣ ਲਈ, ਅਤੇ ਦੇਖੋ ਕਿਆ ਬਣਦਾ ਵੀਡੀਓ ਦੇ ਵਿੱਚ। ਅੱਜ ਕੁਛ ਡਿਫਰੈਂਟ ਟਰਾਈ ਕਰ ਰਹੇ ਹਾਂ, ਹਾਲੇ ਤੱਕ ਮੈਨੂੰ ਵੀ ਨਹੀਂ ਪਤਾ, ਸੋ ਲੈਟਸ ਸੀ ਕਿ ਕਿਆ ਬਣਾ ਰਹੇ ਹਾਂ। ਹੋਪਫੁਲੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੂਗੀ। ਜੇ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ 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 ਸਾਡੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ। ਜਿਹੜੇ ਸਾਡੇ ਚੈਨਲ 'ਤੇ ਨਵੇਂ ਆ, ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਤੁਹਾਡੀ ਸਪੋਰਟ ਦੀ ਬਹੁਤ ਲੋੜ ਆ। ਅਤੇ ਜਿਹੜੇ ਸਾਨੂੰ ਔਲਰੇਡੀ ਸਪੋਰਟ ਕਰ ਰਹੇ ਆ, ਥੈਂਕ ਯੂ ਸੋ ਮੱਚ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਅਤੇ ਪਲੀਜ਼ ਸਾਡੀ ਵੀਡੀਓ ਦੇਖਦੇ ਰਹੋ, ਅਤੇ ਪੂਰੀ ਵੀਡੀਓ ਦੇਖੋ, ਦੇਖਦੇ ਹਾਂ ਕਿਆ ਬਣਦਾ ਅੱਜ। ਸੋ ਕੀ ਪਾਉਣ ਵੋਚੋ, ਅੱਜ ਆਪਾਂ ਬਣਾਵਾਂਗੇ ਕੀ ਹੁੰਦਾ, ਕੋਕੋਨਟ ਦੀ ਬਰਫੀ। ਬਰਫੀ ਬਣਾ ਲਓ ਤੁਸੀਂ, ਲੱਡੂ ਬਣਾ ਲਓ, ਕੁਛ ਬਣਾ ਲਓ। ਉਹਦੇ ਲਈ ਅਸੀਂ ਕੜਾਹੀ ਵਿੱਚ ਘਿਓ ਪਾ ਲਿਆ ਆ, ਅਤੇ ਅਸੀਂ ਕੋਕੋਨਟ ਘਰ ਦਾ ਸੀਗਾ ਅਤੇ ਇਹਨੂੰ ਕੱਦੂਕਸ਼ ਕਰ ਲਿਆ। ਹੁਣ ਇਹਦੇ ਵਿੱਚ ਆਪਾਂ ਕੱਦੂਕਸ਼ ਕੀਤਾ, ਕੋਕੋਨਟ ਪਾ ਦਿਆਂਗੇ। ਪਹਿਲਾਂ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਿਆ, ਫਿਰ ਇਹਦੇ ਵਿੱਚ ਆਪਾਂ ਕੋਕੋਨਟ ਪਾ ਤਾ। ਇਹਨੂੰ ਹੁਣ ਆਪਾਂ ਹਿਲਾ ਦਿਆਂਗੇ। ਗੈਸ ਆਪਾਂ ਘੱਟ ਕਰ ਲੈਣਾ ਆ, ਮੀਡੀਅਮ ਹਾਈ। ਅਤੇ ਇਹਨੂੰ ਆਪਾਂ ਹੁਣ ਥੋੜ੍ਹੀ ਦੇਰ ਭੁੰਨਾਂਗੇ। ਜਿੱਦਾਂ ਆਪਾਂ ਕੋਈ ਵੀ ਪ੍ਰਸ਼ਾਦ ਬਣਾਉਂਦੇ ਹਾਂ, ਉਹਨੂੰ ਪਹਿਲਾਂ ਆਪਾਂ ਭੁੰਨਦੇ ਹਾਂ ਥੋੜ੍ਹਾ ਜਿਹਾ ਆਟਾ ਪਾ ਕੇ, ਜਾਂ ਆਪਾਂ ਸੂਜੀ ਪਾ ਕੇ, ਉਸੇ ਤਰ੍ਹਾਂ ਇਹਨੂੰ ਵੀ ਥੋੜ੍ਹੀ ਦੇਰ ਆਪਾਂ ਭੁੰਨਾਂਗੇ, ਤਾਂ ਜੋ ਇਹਦੇ ਵਿੱਚ ਜੋ ਵੀ ਕੱਚਾ ਪਾਣਾ ਸਾਰਾ ਉਹ ਚਲਾ ਜਾਵੇ। ਤੁਸੀਂ ਦੇਖ ਸਕਦੇ ਹੋ ਕੜਾਹੀ ਦੇ ਵਿੱਚ ਇਹ ਬਣ ਰਿਹਾ ਆ, ਅਤੇ ਗੈਸ ਆਪਣਾ ਹੈਗਾ 4, ਜਿਹੜਾ ਹਾਈ ਹੁੰਦਾ ਹੈ 9 'ਤੇ ਹੁੰਦਾ ਆ, ਅਤੇ ਆਪਾਂ ਮੀਡੀਅਮ ਕੀਤਾ ਵਾ 4 'ਤੇ ਕੀਤਾ ਆ, ਤਾਂ ਜੋ ਆਪਣਾ ਜਿਹੜਾ ਕੋਕੋਨਟ ਹੈ ਯਾਨੀ ਕਿ ਨਾਰੀਅਲ ਆ ਜਿਹੜਾ ਉਹ ਸੜੇ ਨਾ। ਯੋ ਮੈਨੂੰ ਕਿਆ ਬਣਾ ਰਹੀ ਹੈ? ਕੋਕੋਨਟ ਦੀ ਬਰਫੀ। ਕੋਕੋਨਟ ਦੀ ਬਰਫੀ ਬਣ ਰਹੀ ਆ ਅੱਜ, ਪਤਾ ਨਹੀਂ ਆ ਹੋਰ ਹੀ ਬੁਰਾ ਜਿਹਾ ਬਣਾਈ ਬੈਠੀ ਆ। ਜਦੋਂ ਬਣੂ ਉਹਦੀ ਪਤਾ ਲੱਗੂ ਹੈ ਨਾ। ਲੱਸੀ ਕੋਕੋਨਟ ਦੀ ਬਰਫੀ ਬਣਦੀ ਹੈ ਕਿ ਲੱਡੂ ਬਣਦੇ? ਇੱਕ ਬਰਫੀ ਆ ਬਣਾਈ ਪਈ ਆ ਆਟੇ ਦੀ, ਇਹ ਤਾਂ ਗੁੜ ਪਾ ਕੇ ਬਣਾਉਂਦੀ ਹੁੰਦੀ ਹੈ, ਪਤਾ ਨਹੀਂ ਕਿਵੇਂ ਆਟਾ ਪਾਉਣਾ ਲੈਂਦੀ ਹੈ ਤੇ ਵਿੱਚ ਗੁੜ ਪਾ ਲੈਂਦੀ ਹੈ, ਫਿਰ ਜੰਮ ਜੀ ਜਾਂਦਾ ਪਤਾ ਨਹੀਂ ਕਿਵੇਂ। ਇਹ ਇੱਕ ਪਾਸੇ ਕੋਕੋਨਟ ਦੀ ਬਰਫੀ ਜਾਂ ਪਿੰਨੀਆਂ ਬਣ ਰਹੀਆਂ, ਇੱਕ ਪਾਸੇ ਸਾਡਾ ਸਾਗ ਬਣ ਰਿਹਾ। ਇੰਡੀਆ ਵਾਲਾ ਸਾਗ ਕੁੱਕਰ ਦੇ ਵਿੱਚ ਬਣ ਰਿਹਾ। ਹੁਣ ਜੀ ਇਹਦੇ ਵਿੱਚ ਜਿਹੜਾ ਦੁੱਧ ਪਾਇਆ ਸੀ ਆਪਾਂ, ਉਹ ਬਹੁਤ ਥੋੜ੍ਹਾ ਰਹਿ ਗਿਆ, ਅਤੇ ਇਹਨੂੰ ਆਪਾਂ ਇੱਦਾਂ ਹੀ ਹਿਲਾਉਂਦੇ ਰਹਿਣਾ ਆ। 5 ਕੁ ਮਿੰਟ ਹੋਰ ਆਪਾਂ ਵੇਟ ਕਰਾਂਗੇ, ਅਤੇ ਫਿਰ ਆਪਾਂ ਇਹਦੇ ਵਿੱਚ ਖੰਡ ਪਾ ਦਿਆਂਗੇ।
सो 5 मिनट वेट करते हैं आपां हुण ते इहनूं इदां ही हिलाउंदे रहांगे। लो जी ये असी थोड़ा जहा सुका दुध मिलाया 1 चम्मच फॉर द टेस्ट ते गुड टेस्ट। हाँ उहदे नाल बहुत वधिया टेस्ट आउंदा आ। हुण ये बिलकुल रेडी है ते इहनूं आपां खावांगे। जे तुसीं चाहो तां भी इहदियां टिक्कियां भी बना सकदे हो। असीं हुण पुछदे हैं भी टिक्कियां बनाउणियां कि पिन्नियां बनाउणियां की बनाउणियां जानी खाना ही है कुछ बना लो मैं तो ही बना दे कौली च पा के टिक्कियां के पिन्नियां मैं बाली नहीं देवियां टिक्कियां मम्मी जी कितने बना लो फिर टिक्कियां इधर मुंह करके दसो टिक्कियां बना ला कटगा जानगियां। हाँ टिक्कियां प्रॉपर जिमें टिक्कियां कटियां ने उमें कटी जाएंगी। लड्डू वटन लई जा रहे हैं। एक वटता आपां पिन्नियां लड्डू कह लो पिन्नी कह लो लड्डू टाइप ही है इदां आपां लड्डूआं वांगू इन्हां नूं बना लांगे कोकोनट दियां बन के तैयार आ। आई होप स्वाद बनगा होण नहीं तो मैं नहीं खानगा ट्राई कर ही लो तुसी नाल दी नाल हुण जे मैं ना करदी फिर किसी ने नहीं खानी खोपे दियां पिन्नियां बन के तैयार आ जी ਪੰਜਾਬੀ ਚ ਖੋਪੇ ਦੀਆਂ ਪਿੰਨੀਆਂ ਲਓ ਜੀ ਸਾਡੀਆਂ ਜਿਹੜੀਆਂ ਕੋਕੋਨਟ ਦੀਆਂ ਪਿੰਨੀਆਂ ਜਾਣੀ ਕਿ ਕੀ ਮੰਮੀ ਖੋਪੇ ਦੀਆਂ ਪਿੰਨੀਆਂ ਰੈਡੀ ਹੈ ਜੀ ਤੁਸੀਂ ਵੀ ਖਾਓ ਤੇ
ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ। ਅਤੇ ਜੇ ਤੁਸੀਂ ਕਿਸੇ ਨੇ ਬਣਾਈਆਂ ਤਾਂ ਪਲੀਜ਼ ਸਾਡੇ ਨਾਲ ਫੋਟੋ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ ਸੋ ਮੱਚ। ਅਤੇ ਸਾਡੀ ਵੀਡੀਓ ਨੂੰ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ। ਤੁਸੀਂ ਦੇਖ ਕੇ ਛੱਡ ਦਿੰਦੇ ਹਾਂ, ਪਲੀਜ਼ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ। ਅਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਿਓ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਥੈਂਕ ਯੂ ਸੋ ਮੱਚ ਐਂਡ ਸਤਿ ਸ਼੍ਰੀ ਅਕਾਲ ਜੀ।